ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸ਼ੇਰਾ ਮੰਡਾਰ ਦੇ ਰਹਿਣ ਵਾਲੀ ਇੱਕ ਔਰਤ ਨੇ ਨਵ ਜੰਮੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੇ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਆਪਣੀ ਨੂੰਹ ਦੀ ਡਿਲੀਵਰੀ ਕਰਵਾਉਣ ਲਈ 20 ਮਾਰਚ ਦੀ ਰਾਤ ਮੋਗਾ ਸਿਵਲ ਹਸਪਤਾਲ ਵਿੱਚ ਲਿਆਏ ਸਨ। ਹਸਪਤਾਲ ਵਿੱਚ 21 ਮਾਰਚ ਨੂੰ ਉਹਨਾਂ ਦੀ ਨੂੰਹ ਨੇ ਬੇਟੇ ਨੂੰ ਜਨਮ ਦਿੱਤਾ। ਬੇਟੇ ਦੇ ਜਨਮ ਦੀ ਗੱਲ ਸੁਣਦੇ ਹੀ ਉਹਨਾਂ ਦਾ ਪੂਰਾ ਪਰਿਵਾਰ ਖੁਸ਼ੀ ਦੇ ਮਾਰੇ ਫੁੱਲਿਆ ਨਹੀਂ ਸਮਾ ਰਿਹਾ ਸੀ। ਇਸ ਦੌਰਾਨ ਇੱਕ ਔਰਤ ਜਿਸ ਨੂੰ ਉਹ ਜਾਣਦੇ ਤੱਕ ਨਹੀਂ ਸਨ ਉਹਨਾਂ ਨੂੰ ਵਧਾਈ ਦੇਣ ਲੱਗੀ। ਉਹਨਾਂ ਸੋਚਿਆ ਕਿ ਉਹ ਕਿਸੇ ਹੋਰ ਮਰੀਜ਼ ਦੇ ਰਿਸ਼ਤੇਦਾਰ ਹੈ ਅਤੇ ਪਹਿਲਾਂ ਵੀ ਉਹ 5-6 ਵਾਰ ਉਹਨਾਂ ਦੇ ਕੋਲ ਆਈ ਸੀ ਅਤੇ ਉਹਨਾਂ ਨਾਲ ਗੱਲਾਂ ਵੀ ਕਰਦੀ ਰਹੀ। ਗੁਰਦੀਪ ਸਿੰਘ ਦੇ ਮੁਤਾਬਕ ਬੱਚੇ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਉਸ ਔਰਤ ਨੇ ਕਿਹਾ ਹੈ ਕਿ ਉਹ ਉਹਨਾਂ ਦੇ ਬੱਚੇ ਨੂੰ ਡਾਕਟਰ ਕੋਲ ਲੈ ਕੇ ਜਾਣ ਲਈ ਲਿਜਾਵੇਗੀ। ਉਹ ਵੀ ਉਸਦੇ ਨਾਲ ਚੱਲ ਪਿਆ ਪਰ ਹਸਪਤਾਲ ਵਿੱਚ ਹੀ ਉਸ ਔਰਤ ਨੇ ਉਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਹ ਬੱਚੇ ਦੇ ਜਨਮ ਦਾ ਸਮਾਂ ਲੈ ਕੇ ਆਵੇ ਕਿਉਂਕਿ ਡਾਕਟਰ ਨੂੰ ਦੱਸਣਾ ਪਵੇਗਾ ਅਤੇ ਉਹ ਵਾਪਸ ਚਲਾ ਗਿਆ ਅਤੇ ਜਦੋਂ ਉਹ ਵਾਪਸ ਆਇਆ ਤਾਂ ਔਰਤ ਬੱਚੇ ਨੂੰ ਲੈ ਕੇ ਫਰਾਰ ਹੋ ਚੁੱਕੀ ਸੀ। ਮੌਕੇ ਉੱਤੇ ਪਹੁੰਚੇ DSP ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਔਰਤ ਦੀ ਤਲਾਸ਼ ਦੀਆਂ ਟੀਮਾਂ ਬਣਾ ਕੇ ਭਾਲ ਕੀਤੀ ਜਾ ਰਹੀ ਹੈ। ਛੇਤੀ ਹੀ ਔਰਤ ਪੁਲਿਸ ਦੀ ਹਿਰਾਸਤ ਵਿੱਚ ਹੋਵੇਗੀ। ਤੇ ਮੈਂ ਤਾਂ ਪੌੜੀਆਂ ਦੇ ਲੱਥਾ ਗਿਆ ਤੇ ਮੈਂ ਇਹਨਾਂ ਨੂੰ ਫੜਾ ਤਾ, ਮੈਂ ਡਿੱਗ ਨਾ ਪਾਵਾਂ ਤੇ ਬੱਚਾ ਡਿੱਗ ਨਾ ਪਵੇ ਤੇ ਇਹਨਾਂ ਨੂੰ ਆਪ ਨੂੰ ਫੜਾ ਦਿੱਤਾ। ਇੱਥੇ ਨਿੰਮਾ ਚੋਣਾਂ 'ਚ ਬੈਠਾ। ਦੇਖੀ ਅਖਬਾਰ ਤੋਂ ਨਹੀਂ, ਉਹ ਜਦੋਂ ਬੋਲਦਾ ਨਾ ਕਿ ਠੱਗੀ ਮਾਰ ਕੇ ਲੈ ਗਿਆ ਵਾਲਾ ਕੰਮ ਹੈ ਕਿ ਉਹ ਦਾਦਾ ਕੋ ਉਸਕੇ ਦਾਦਾ ਕੋ ਉਸਨੇ ਬੋਲਾ ਲੇਡੀ ਨੇ ਕਿ ਬੱਚੇ ਕੋ ਐਮਰਜੈਂਸੀ ਮੇਂ ਦਿਖਾਨਾ ਤੋ ਹਮ ਲੋਗ ਇਸਕੋ ਦਿਖਾ ਕੇ ਆਤੇ ਹੈ। ਦਾਦਾ ਉਸਕੇ ਸਾਥ ਹੋ ਗਿਆ, ਪੌੜੀਆਂ ਤੋਂ ਜਬ ਨੀਚੇ ਆ ਗਏ ਵੋ ਲੋਕ ਤੋ ਤਬ ਉਸਨੇ ਉਸਕੋ ਬੋਲਾ ਕਿ ਇਸਕੇ ਨਾਨਾ ਨਾਨੀ ਕਾ ਨਾਮ ਪਤਾ ਕਰਕੇ ਆਓ। जैसे वो ऊपर गया पता करने के लिए, जब नीचे आया तो वो औरत ही नहीं वहाँ पर, वो औरत उनसे मिलती थी, कल भी मिली है, उन्होंने आप ही बताया। ਵਾਕਿਆ ਵੀ ਸਵੇਰੇ ਜਦ ਮੈਡਮ ਆਈ ਤਾਂ ਜੀ ਤੁਹਾਡੇ ਮੁੰਡੇ ਨੂੰ ਨਾ ਵੀ ਆਪਣੀਆਂ ਉਲਟੀਆਂ ਆਉਂਦੀਆਂ ਪਲਟੀਆਂ ਅਤੇ ਡਾਕਟਰ ਸਾਹਿਬ ਨੇ ਵੀ ਅੱਜ ਤੁਹਾਨੂੰ ਛੁੱਟੀ ਦੇ ਦਿੰਦੀ 10 ਵਜੇ ਅਤੇ ਤੁਸੀਂ ਅੱਜ ਨਾ ਡਾਕਟਰ ਵਿਖਾ ਕੇ ਮੈਂ ਅਮਰਜੈਂਸੀ ਚੱਲਣਾ ਤਾਂ ਵਿਖਾ ਕੇ ਦੇ ਤੁਸੀਂ ਅੱਜ ਤੱਕ 10 ਵਜੇ ਛੁੱਟੀ ਦੇਣਾ ਤਾਂ ਚਲੇ ਜਾਓ ਜੀ। ਕਿੰਨੇ ਕਹੇ ਕਿਤੇ ਤੁਸੀਂ ਬੱਚਾ ਲੈ ਕੇ ਤੁਰ ਗਏ ਉੱਥੇ, ਮੈਨੂੰ ਕਹਿੰਦੀ ਵੀ ਤੂੰ ਇਹ ਬੱਚਾ ਮੈਨੂੰ ਫੜਾ ਦੇ ਅਤੇ ਤੂੰ ਕੁੜੀ ਦਾ ਨਾਂ ਸਹੀ ਪੁੱਛ ਕੇ ਅਤੇ ਡੇਟ ਪੂਰੀ ਪੁੱਛ ਕੇ ਆ ਉਹਨਾਂ ਡਾਕਟਰ ਸਾਹਿਬ ਪੁੱਛਣੀ, ਉਹ ਮੈਂ ਬੱਚਾ ਨੂੰ ਫੜਾ ਦੇ ਇਹਨੇ ਜੋ ਚਾਸਾ ਦੇ ਕੇ ਦੇ। ਬੱਚਾ 2 ਦਿਨ ਨਹੀਂ, ਬੱਚਾ ਤਾਂ 1 ਦਿਨ ਕਿਹਾ ਜੀ, ਕੱਲ੍ਹ ਸੁਬਹਾ 7 ਵਜੇ ਪੈਦਾ ਹੋਇਆ ਔਰ ਅੱਜ ਕਰੀਬ 8:10 ਵਜੇ ਜਾ ਸਕਦੇ ਹਾਂ। ਉਸ ਤੋਂ ਬਾਅਦ ਮੈਂ ਕੇਸ ਰਜਿਸਟਰ ਕਰ ਦਿਆ, ਇਨਵੈਸਟੀਗੇਸ਼ਨ ਚੱਲ ਰਿਹਾ ਜੀ, ਕਾਫੀ ਏਜੰਸੀਆਂ ਨੂੰ ਉਸਦਾ ਤਲਾਸ਼ ਕਰ ਰਹੇ, ਸਭੀ ਜਗ੍ਹਾ ਬੱਸ ਸਟੈਂਡ, ਰੇਲਵੇ ਸਟੇਸ਼ਨ ਔਰ ਆਸ ਪਾਸ ਉਸਨੂੰ ਮੈਡੀਕਲ ਸਕੈਚ ਵਗੈਰਾ ਤਿਆਰ ਕਰ ਰਹੇ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।